escuchando su mantra, la persona è lì, sale raggi con lì. Yeah.
ਵਿਰਾਨ ਕਰਾਂ ਕਿ ਉਹ ਕੀਰਤਨ ਦੀ ਸ਼ੁਰੂਆਤ ਕਰਨ ਔਰ ਬੜਾ ਹੀ ਆਨੰਦ ਭਰਿਆ ਸਮਾਂ ਬਣਿਆ ਹੈ ਔਰ ਜੋ ਦਾਦੀ ਸਾਹਿਬ ਹਨ ਸੱਚਮੁੱਚ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੰਗਲਾਂ ਦੇ ਵਿੱਚ ਮਰਦਾਨੇ ਦੇ ਰਾਹੀਂ ਰਿਵਾਜ ਛੇੜ ਰਹੇ ਨੇ ਔਰ ਗੁਰਬਾਣੀ ਦੇ ਨਾਲ ਸਾਰੀ ਇਸ ਸੰਸਾਰ ਨੂੰ ਜੋੜ ਰਹੇ ਆਓ ਜਿੱਥੇ ਤੋਂ ਆਪਾਂ ਕੀਰਤਨ ਦੇ ਰਾਹੀਂ ਸੁਣਿਆ Thank you.
I'm gonna make it.
Besame, 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 besame.
Thank you.
Oh, hey.
کی جو اخیری حاضری ہے میرے ہر من پیارے ارجندر سنگھ لالی شاہ جی جو ہم انہوں دی بیٹی بی بی نانکی اتھے کھڑو سوئے گی ساتھ سنگھ جی یہ ہے بیٹی اتھے کھڑو سٹیج دیتے ہیں 11 سال دی عمر ہے اس بچی دی اور آپ جی جی جانتے ہوں گے سو میں سمجھتا ہوں پرہپس آئی شوڈ ایکسپلین ان انگلش سو دس از نانکی کور who is the daughter of Harjinder Singh Ustad Ji Lali. So, 11-year-old youngster, she's actually a singer of the City of Birmingham Symphony Orchestra and the very first Asian person to be part of such an esteemed orchestra. She also is grade 3 in piano. So, Samita Singh Asal Singh Ji ke jo chote bache han اور اتنی ترقی کر رہے ہیں اور انہوں نے جو ماتا پتا ہیں وہ آپ کیرتنی ہیں اور انہوں نے کہا بچے بھی جو ہیں وہ بھی گرو صاحب کی مہر کے نال کیرتن نال جڑے ہیں سو جو اخیری حاضری ہے وہ چھوٹی نانکی بڑا پیارا ہی نام ہے وہ اتے نال انہوں نے سارے ہی ساتھی جو اخیرلا شبد ہے اس کی حاضری بھر گئے یہ جو راگ ہے راگ گوڑی دے وچ ہے آد گرے نویں جگاد گرے نویں ست گرے نویں سو آؤ بڑے ہی پیار دے نال آپاں انہاں تو اخیلا جو شبد ہے وہ سنیے Thank you.
ਪਤੇ ਸੋ ਸਾਧ ਸੰਗਤ ਜੀ ਮੈਂ ਇੱਕ ਮਿੰਟ ਵਾਸਤੇ ਸਾਰੇ ਹੀ ਜੋ ਬੱਚੇ ਹਨ ਉਹਨਾਂ ਨੂੰ ਕਹਾਂ ਕਿ ਤੁਸੀਂ ਸਟੇਜ ਦੇ ਉੱਤੇ ਬੈਠੇ ਰਹੋ। ਮੈਂ ਅੱਜ ਦੀ ਜੋ ਇਹ ਫੁਲਵਾੜੀ ਹੈ ਉਸਦਾ ਜੋ ਸਿਹਰਾ ਹੈ ਮੈਂ ਸਮਝਦਾ ਹਾਂ ਸਾਡੇ ਹਰਮਨ ਪਿਆਰੇ ਹਰਜਿੰਦਰ ਸਿੰਘ ਜੀ ਲਾਲੀ ਜੋ ਸਾਹਮਣੇ ਬੈਠੇ ਹਨ ਬਾਬਾ ਜੀ ਦੇ ਸੰਗੀ ਹਨ ਔਰ ਛੋਟੀ ਹੀ ਉਮਰ 'ਤੇ ਇਹਨਾਂ ਨੇ ਬੜਾ ਹੀ ਕੀਰਤਨ ਦੇ ਮਾਹਿਰ ਹਨ। ਅਸੀਂ ਇਹਨਾਂ ਨੂੰ ਉਸਤਾਦ ਦੀ ਦਰਜੇ ਦੇ ਉੱਤੇ ਮੰਨਦੇ ਹਾਂ ਅਤੇ ਜਿੱਥੇ ਕੀਰਤਨ ਦੇ ਨਾਲ ਗੁਰਸਿੱਖੀ ਦੇ ਨਾਲ ਜੁੜੇ ਹਨ ਉੱਥੇ ਇਹ ਬਹੁਤ ਹੀ ਉੱਚੇ ਦਰਜੇ ਦੇ ਹਨ। ਵਾਰਿਕ ਯੂਨੀਵਰਸਿਟੀ ਦੇ ਵਿੱਚ ਇਹ ਸੀਨੀਅਰ ਲੈਕਚਰਾਰ ਹਨ, ਡਾਕਟਰ ਹਨ ਔਰ ਇਹਨਾਂ ਨੇ PhD 'ਚ ਬੜੀ ਰਿਸਰਚ ਕੀਤੀ ਹੈ ਔਰ ਸਾਰੇ ਹੀ ਜੋ ਬੱਚੇ ਮੈਂ ਦੇਖਦਾ ਹਨ ਸਾਰੇ ਹੀ ਵਿਦਿਆ ਦੇ ਵਿੱਚ ਦੇ ਆ ਪ੍ਰੋਫੈਸ਼ਨਲਸ ਐਂਡ ਬਾਬਾ ਜੀ ਦੀ ਮਿਹਰ ਹੈ ਔਰ ਦੇ ਆ ਹਾਈ ਐਜੂਕੇਟਿਡ ਔਰ ਮਾਡਰਨ ਦੇਸ਼ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੇ ਫਿਰ ਵੀ ਜੋ ਆਪਣਾ ਸੰਗੀਤ ਹੈ ਇਸਨੂੰ ਮੁੱਖ ਰੱਖਿਆ ਔਰ ਜੋ ਤਰਾਂਤੀ ਸਾਜ ਹਨ ਸਟ੍ਰਿੰਗ ਇੰਸਟਰੂਮੈਂਟਸ ਵੈਰੀ ਡਿਫੀਕਲਟ ਦ ਮੋਸਟ ਡਿਫੀਕਲਟ ਇੰਸਟਰੂਮੈਂਟਸ ਟੂ ਪਲੇ ਹਾਰਮੋਨੀਅਮ ਐਂਡ ਐਵਰੀਥਿੰਗ ਐਲਸ ਇਜ਼ ਵੈਰੀ ਈਜ਼ੀ। ਸੋ ਤੁਸੀਂ ਸੁਣਿਆ ਵੀ ਹੋਵੇਗਾ ਕਿ ਕੋਸ਼ਿਸ਼ ਹੋ ਰਹੀ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਗਾਹਾਂ ਜੋ ਕੀਰਤਨ ਹੋਵੇਗਾ ਉਹ ਸਿਰਫ ਤਾਂਤੀ ਸਾਜਾਂ ਦੇ ਨਾਲ ਹੋਵੇਗਾ। ਸੋ ਜੋ ਪੁਰਾਤਨ ਮਰਿਆਦਾ ਹੈ ਜਿਸ ਦੇ ਨਾਲ ਗੁਰੂ ਸਾਹਿਬ ਜੀ ਨੇ ਗੁਰਬਾਣੀ ਉਚਾਰੀ, ਪਹਿਲੋਂ ਮਹਾਰਾਜ ਜੀ ਨੇ ਰਾਗ ਦਾ ਨਾਮ ਲਿਆ ਔਰ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜੋ ਬਾਣੀ ਹੈ ਉਹ ਉਚਾਰਨ ਕੀਤੀ ਹੈ। ਸੋ ਰਾਗ ਦਾ ਬਹੁਤ ਬੜਾ ਹੀ ਉੱਚਾ ਦਰਜਾ ਹੈ। ਸੋ ਮੇਰੇ ਵੀਰ ਹਰਜਿੰਦਰ ਸਿੰਘ ਜੀ ਲਾਲੀ 2 ਸਾਲ ਹੋ ਗਏ ਇਹਨਾਂ ਨੇ ਇਸ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਤਬਲੇ ਦੇ ਰਾਹੀਂ ਔਰ ਸਟ੍ਰਿੰਗ ਇੰਸਟਰੂਮੈਂਟ ਰੁਬਾਬ ਦੇ ਰਾਹੀਂ ਬੜੀ ਹੀ ਪਿਆਰ ਦੇ ਨਾਲ ਇਹ ਬੱਚਿਆਂ ਨੂੰ ਸਿਖਾ ਰਹੇ ਹਨ। ਸੋ ਵੀ ਆਰ ਵੈਰੀ ਵੈਰੀ ਗ੍ਰੇਟਫੁਲ। ਸੋ ਐਵਰੀ ਸੰਡੇ ਬਿਟਵੀਨ 7 o'clock ਐਂਡ 8:30 ਇਸ ਗੁਰੂ ਘਰ ਦੇ ਵਿੱਚ ਇਹ ਸਾਰੇ ਹੀ ਬੱਚੇ ਇਕੱਠੇ ਹੁੰਦੇ ਹਨ ਇਨ ਦਾ ਮੋਰਨਿੰਗ 7 o'clock ਇਨ ਦਾ ਮੋਰਨਿੰਗ ਔਨ ਸੰਡੇ ਟਿਲ ਅਬਾਊਟ 8:30 but in order to get here for 7 o'clock people travel from Birmingham, they get up at 4 or 5 o'clock in the morning. So sorry, and Leicester as well, of course. So that is dedication, that is having devotion, but more importantly it's having the blessing of Guru Granth Sahib Ji. So the whole purpose of this evening was to inspire and motivate other people. Jo bhi sangat vich koi bacche han, ਸਾਡੀ ਕੋਸ਼ਿਸ਼ ਹੈ ਕਿ ਅੱਜ ਜਿਹੜਾ ਦਰਬਾਰ ਸਜਿਆ ਹੈ ਉਸ ਦੇ ਵਿੱਚ ਜੇ ਉਹਨਾਂ ਦੇ ਮਨ ਦੇ ਵਿੱਚ ਵੀ ਇੱਛਾ ਹੈ ਕਿ ਅਸੀਂ ਵੀ ਕੋਈ ਸਾਜ ਸਿੱਖੀਏ, ਸੋ ਉਹ ਹਰਜਿੰਦਰ ਸਿੰਘ ਜੀ ਲਾਲੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹਨ ਔਰ ਬੜੇ ਹੀ ਪਿਆਰ ਦੇ ਨਾਲ ਇਸ ਗੁਰੂ ਘਰ ਨੇ ਇਹਨਾਂ ਨੂੰ ਮਤਲਬ ਸਪੋਰਟ ਦਿੱਤੀ ਹੈ ਕਿ ਆਪਾਂ ਜੇ ਫਿਊਚਰ ਜਨਰੇਸ਼ਨਸ ਹਨ ਉਹ ਕੀਰਤਨ ਨਾਲ ਜੁੜਨ ਔਰ ਇੰਸਪੀਰੇਸ਼ਨ ਬਣਨ। ਸੋ ਅਖੀਰ ਦੇ ਵਿੱਚ ਭਾਈ ਸਾਹਿਬ ਹੋਣਾ ਦਾ ਅਤੇ ਸਾਰੇ ਹੀ ਬੱਚਿਆਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਔਰ ਇਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਸਾਰਾ ਟਾਈਮ ਟੇਬਲ ਜਿਸ ਦੇ ਵਿੱਚ ਰਾਗ ਜਿਸ ਦੇ ਵਿੱਚ ਕੀ ਤਾਲ ਦੇ ਵਿੱਚ ਤਬਲਾ ਵਜਿਆ ਹੈ ਉਹ ਬੜਾ ਹੀ ਪਿਆਰ ਦੇ ਨਾਲ ਉਹਨਾਂ ਨੇ ਪ੍ਰਿਪੇਅਰ ਕੀਤਾ ਹੈ। ਸੋ ਇਹਨਾਂ ਦੇ ਬੁਲਾਰੇ ਜਾਈਏ ਔਰ ਸਾਰੀ ਹੀ ਸੰਗਤ ਇਹਨਾਂ ਨੂੰ ਜਕਾਰੇ ਦੇ ਰਾਹੀਂ ਆਪਾਂ ਆਸ਼ੀਰਵਾਦ ਦੇਈਏ ਕਿ ਬੱਚੇ ਚੜ੍ਹਦੀ ਕਲਾ ਦੇ ਵਿੱਚ ਹੋਣ ਔਰ ਗਾਹਾਂ ਵੀ ਇਸੇ ਹੀ ਤਰ੍ਹਾਂ ਉਸਤਾਦ ਬਣਨ। ਬੋਲੇ ਸੋ ਨਿਹਾਲ। ਸੋ ਹਰਜਿੰਦਰ ਸਿੰਘ ਜੀ ਜੇ ਤੁਸੀਂ ਕੁਛ ਅਖੀਰ ਦੇ ਵਿੱਚ ਕਹਿਣਾ ਚਾਹੁੰਦੇ ਹੋ। ਮੈਂ ਸਿਰਫ ਇੰਨਾ ਹੀ ਕਹਿਣਾ ਤੁਸੀਂ ਮੇਰਾ ਨਾਂ ਕਈ ਵਾਰੀ ਲੈ ਲਿਆ ਆ ਲੇਕਿਨ ਸਾਰਾ ਇਹ ਪਰਉਪਕਾਰ ਬਾਬਾ ਜੀ ਦਾ ਕੀਤਾ ਹੋਇਆ ਹੈ ਕਿਉਂਕਿ ਬਾਬਾ ਜੀ ਹੁਣ ਦੇਖੋ ਆਪ ਕੀਰਤਨ ਕਰਦੇ ਸੀਗੇ ਤਬਲੇ ਦੇ ਨਾਲ ਜੋੜੀ ਦੇ ਨਾਲ ਤਾਂ ਉਹਨਾਂ ਨੂੰ ਸੁਣ ਕੇ ਸਾਨੂੰ ਇੰਸਪੀਰੇਸ਼ਨ ਹੋਈ ਸਾਰਿਆਂ ਨੂੰ ਜਿੰਨੇ ਵੀ ਆਪਾਂ ਹੈਗੇ ਇੱਥੇ ਔਰ ਉਹ ਜਿਹੜੀ ਇੰਸਪੀਰੇਸ਼ਨ ਉਹਨਾਂ ਨੇ ਸਾਨੂੰ ਦਿੱਤੀ ਆ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਆਪ ਵੀ ਦਈਏ। ਇਫ ਦੇਰ ਆਰ ਐਨੀ ਚਿਲਡਰਨ ਹੀਅਰ ਹੂ ਵਾਂਟ ਟੂ ਲਰਨ ਦੀਸ ਇੰਸਟਰੂਮੈਂਟਸ ਜਸਟ ਕੰਟੈਕਟ ਵਨ ਆਫ ਅਸ ਬਿਫੋਰ ਯੂ ਗੋ। ਇਟਸ ਨੈਵਰ ਐਵਰ ਟੂ ਲੇਟ ਟੂ ਲਰਨ ਐਂਡ ਯੂ ਨੈਵਰ ਟੂ ਯੰਗ ਟੂ ਲਰਨ ਆਈਦਰ। ਯੂ ਕੈਨ ਬੀ ਐਸ ਯੰਗ ਐਸ 6 ਇਅਰਸ ਓਲਡ 5 ਇਅਰਸ ਓਲਡ ਐਂਡ ਵੀ ਵਿਲ ਅਕੋਮੋਡੇਟ ਯੂ। ਯੂ ਹੈਵ ਟੂ ਗੈਟ ਅਪ ਅਰਲੀ ਦੋ, ਯੂ ਹੈਵ ਟੂ ਵੇਕ ਅਪ ਵੈਰੀ ਅਰਲੀ ਟੂ ਜੁਆਇਨ ਆਵਰ ਕਲਾਸਿਸ, ਬਟ ਵਿਦਇਨ a year we hope that you will also be sitting here with us doing kirtan, and we're hoping that the 2 hours that we've done today will become 4 hours next time because there are so many of you who want to learn. Thank you ji hon
ਅੱਛਾ ਮੈਨੂੰ ਹੁਕਮ ਹੋਇਆ ਹੈ ਕਿ ਇੱਥੇ ਤਾਂਤੀ ਸਾਜ ਵੀ ਸਿੱਖ ਸਕਦੇ ਹਨ ਸਟ੍ਰਿੰਗ ਇੰਸਟਰੂਮੈਂਟਸ ਜੋ ਤਬਲਾ ਹੈ ਉਹ ਵੀ ਸਾਡੇ ਹਰਮਨ ਪਿਆਰੇ ਪਰਮ ਸਿੰਘ ਹੈਗੇ ਨੇ ਉਹ ਵੀ ਬੱਚਿਆਂ ਨੂੰ ਸਿਖਾ ਰਹੇ ਹਨ ਸੋ ਇਹ ਜਿਹੜਾ ਫੇਸ ਸੀਗਾ ਅੱਜ ਸ਼ਾਮ ਦਾ ਪ੍ਰੋਗਰਾਮ ਦਾ ਸਮਾਪਤੀ ਹੈ ਹੁਣ ਇਸੇ ਹੀ ਨਾਲ ਨਾਲ ਸਾਡੇ ਹਰਮਨ ਪਿਆਰੇ ਮੇਰੇ ਵੀਰ ਗੁਰਮੀਤ ਸਿੰਘ ਜੀ ਬਿਲਕੁਲ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਮੁਬਾਸੀਆ ਕਹਿੰਦੇ ਹਨ ਕਿਨ੍ਹਾਂ ਜਿਨ੍ਹਾਂ ਦਾ ਜਨਮ ਮੁਬਾਸੇ ਦਾ ਹੈ ਅਤੇ ਉਹਨਾਂ ਦੀ ਬੇਟੀ ਜੋ ਹੈ ਤਰਨ ਉਹ ਹੁਣ 10-15 ਮਿੰਟ ਵਾਸਤੇ ਉਹ ਕੀਰਤਨ ਦੀ ਹਾਜ਼ਰੀ ਭਰਨਗੇ ਜਿਸ ਤਰ੍ਹਾਂ ਮੈਂ ਦੇਖਿਆ ਹੈ ਕਿ ਹਰਜਿੰਦਰ ਹੋਣਾ ਦੇ ਛੋਟੀ ਬੇਟੀ ਨਾਨਕੀ ਉਹ ਕੀਰਤਨ ਦੇ ਵਿੱਚ ਬਹੁਤ ਮਾਹਰ ਹੈ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਗੁਰਮੁਖ ਕੀਰਤਨੀਏ ਹੋਣ ਗਾਹਾਂ ਉਹਨਾਂ ਦੇ ਜੋ ਬੱਚੇ ਹਨ ਉਹ ਵੀ ਕੀਰਤਨ ਦੇ ਨਾਲ ਜੁੜੇ ਹੋਣ ਸੋ ਤਰਨ ਮੈਂ ਦੇਖਿਆ ਹੈ ਕਿ ਸਾਰੀ ਵਰਲਡ ਦੇ ਵਿੱਚ ਇਹਨੇ ਹਾਜ਼ਰੀ ਭਰੀ ਹੈ ਬਾਬਾ ਜੀ ਦੇ ਜੋ ਸਥਾਨ ਕੈਨੇਡਾ ਦੇ ਵਿੱਚ ਹਨ ਉੱਥੇ ਵੀ ਹਾਜ਼ਰੀ ਭਰੀ ਹੈ ਸੋ ਆਓ ਹੁਣ 15 ਮਿੰਟ ਦੇ ਵਾਸਤੇ ਉਹ ਹਾਜ਼ਰੀ ਭਰਨਗੇ ਅਸੀਂ ਮਾਫ਼ੀ ਮੰਗਦੇ ਹਾਂ ਕਿ ਬਹੁਤ ਟਾਈਮ ਸੀਮਿਤ ਹੈ ਇੱਕ ਸ਼ਬਦ ਪੜਨਗੇ ਸੋਰੀ ਹਾਂ ਹਾਂ ਸੋ ਜਿਸ ਤਰ੍ਹਾਂ ਉਹ ਸੈਟਿੰਗ ਕਰ ਰਹੇ ਹਨ ਤਾਂ ਉਸ ਤੋਂ ਬਾਅਦ ਇਸ ਗੁਰੂ ਘਰ ਦਾ ਜੋ ਹਜ਼ੂਰੀ ਰਾਗੀ ਹਨ ਔਰ ਬਹਿੰਗਮ ਹਨ ਉਹ ਹਾਜ਼ਰੀ ਭਰਨਗੇ ਠੀਕ 12 ਵਜੇ ਸਮਾਪਤੀ ਹੋਵੇਗੀ 12:15 ਭਾਈ ਸਾਹਿਬ ਜੀ ਭਾਈ ਸੁਰਜੀਤ ਸਿੰਘ ਜੀ ਉਹ ਆ ਕੇ ਹਾਜ਼ਰੀ ਭਰਨਗੇ ਔਰ ਜੋ ਅਗਲਾ 11 ਵਜੇ ਤੋਂ ਬਾਅਦ ਦਾ ਪ੍ਰੋਗਰਾਮ ਹੈ ਉਹ ਨਾਲ ਦੀ ਨਾਲ ਆਪ ਜੀ ਨੂੰ ਦੱਸੀ ਜਾਵਾਂਗੇ ਸੋ ਹੁਣ ਬੇਨਤੀ ਹੈ ਬੀਬੀ ਤਰਨ ਉਹ ਸਾਨੂੰ ਕੀਰਤਨ ਦੇ ਰਾਹੀਂ 15 ਮਿੰਟ ਦੇ ਵਾਸਤੇ ਹਾਜ਼ਰੀ ਭਰਨਗੇ ਜਿੱਥੇ ਮੈਂ ਪਹਿਲੇ ਸਾਜ਼ਾਂ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਭਾਈ ਸਾਹਿਬ ਨੇ ਰੁਬਾਬ ਵਜਾਈ ਹੈ ਔਰ ਸਾਰੇ ਹੀ ਸਰੰਗੀ ਵੀ ਵੱਜ ਰਹੀ ਹੈ ਔਰ ਰੁਬਾਬ ਵੀ ਵੱਜ ਰਿਹਾ ਹੈ ਤਰਨ ਨੇ ਬੜੀ ਹੀ ਆਪਣੀ ਮਿਹਨਤ ਦੇ ਨਾਲ ਗਿਟਾਰ ਦੇ ਰਾਹੀਂ ਬਹੁਤ ਹੀ ਇੱਕ ਡਿਫਰੈਂਟ ਐਂਗਲ ਡਿਫਰੈਂਟ ਪਰਸਪੈਕਟਿਵ ਕੀਰਤਨ ਦੇ ਵਿੱਚ ਇੰਟਰੋਡਿਊਸ ਕੀਤਾ ਹੈ ਖਾਸ ਕਰਕੇ ਜੋ ਯੰਗਸਟਰ ਹਨ ਉਹਨਾਂ ਨੂੰ ਬੜਾ ਹੀ ਇਸ ਦੇ ਨਾਲ ਕਨੈਕਸ਼ਨ ਹੋ ਰਿਹਾ ਹੈ ਸੋ ਜਿੰਨੀ ਦੇਰ ਵਾਸਤੇ ਉਹ ਆਪਣੀ ਤਿਆਰੀ ਕਰ ਰਹੇ ਹਨ ਅਤੇ ਨਾਲ ਗੁਰਮੀਤ ਸਿੰਘ ਜੀ ਵੀ ਸੰਗਤ ਕਰ
ਗੁਰਪਿਆਰੀ ਸਤਸੰਗ ਜੀ ਆਪ ਸਾਰੇ ਪਿਆਰ ਨਾਲ ਫਤਿਹ ਬਦਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Without seeing my Guru, sleep does not come. My mind and body are afflicted with the pain of separation from the Guru. The Lord is my mind, body, and breath of life. I do not know any other than the Divine Lord. If only I could have the good fortune to meet some friendly saint. He might show me the way to my beloved Lord God. How can I meet my darling beloved or my mother? Joining the satsang, the true congregation, I ask about the path to God. In that congregation, the Lord God abides. The Guru, the perfect, true Guru is my mother and father. Obtaining the water of the Guru, the lotus of my heart blossoms forth. Thank you.
Yeah.
रस पे ना कीर्तन और तन दी जो अनोखी स्टाइल है यूनिक स्टाइल है उस दे राही हाजरी भरी है सो ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੇ ਹਨ ਅਤੇ ਨਾਲ ਨਾਲ ਅਸੀਂ ਮਾਫ਼ੀ ਮੰਗਦੇ ਹਾਂ ਕਿ ਜੋ ਟਾਈਮ ਹੈ ਬਹੁਤ ਸੀਮਿਤ ਹੈ ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਥੋੜ੍ਹਾ ਇੱਕ ਸ਼ਬਦ ਨਾਲ ਹੀ ਹਾਜ਼ਰੀ ਭਰੀ ਹੈ ਸੋ ਹੁਣ ਮੈਂ ਬੇਨਤੀ ਕਰਾਂ ਇੱਕ ਬੀਬੀ ਕੁਲਬੀਰ ਕੌਰ ਉਹ 5 ਮਿੰਟ ਵਾਸਤੇ ਸ਼ਬਦ ਦੀ ਹਾਜ਼ਰੀ ਭਰਨਗੇ ਉਸ ਤੋਂ ਉਪਰੰਤ ਇਸ ਘਰ ਦੇ ਜੋ ਬਹਿੰਗਮ ਹਨ ਉਹ ਕੀਰਤਨ ਦੇ ਰਾਹੀਂ 12 ਵਜੇ ਤੱਕ ਹਾਜ਼ਰੀ ਭਰਨਗੇ ਸੋ ਮੈਂ ਬੇਨਤੀ ਕਰਾਂ ਬੀਬੀ ਕੁਲਬੀਰ ਕੌਰ ਉਹ 5 ਮਿੰਟ ਵਾਸਤੇ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਆਸ਼ੀਰਵਾਦ ਨਵੇਂ ਸਾਲ ਦੇ ਵਾਸਤੇ ਆਪ ਹਾਜ਼ਰ ਹੋਏ ਹੋ ਆਪ ਸਭ ਨੂੰ ਪਿਆਰ ਭਰਿਆ ਜੀ ਨਾਲ ਆਖਿਆ ਜਾਂਦਾ ਹੈ ਸੋ ਆਓ 5 ਮਿੰਟ ਦੇ ਵਾਸਤੇ ਹੁਣ ਭੈਣ ਜੀ ਹਾਜ਼ਰੀ ਭਰ ਗਏ ਅਤੇ ਉਸ ਤੋਂ ਉਪਰੰਤ ਜੋ ਗੁਰੂ ਘਰ ਦੇ ਇੱਥੇ ਹਜ਼ੂਰੀ ਰਾਗੀ ਹਨ ਉਹ ਆਪਣਾ ਕੀਰਤਨ ਦੇ ਰਾਹੀਂ ਹਾਜ਼ਰੀ ਭਰਨਗੇ ਸੋ ਮੈਂ ਬੇਨਤੀ ਕਰਾਂ ਸਾਰੇ ਹੀ ਆ ਕੇ ਸਟੇਜ ਉੱਤੇ ਨਾਲ ਬਹਿ ਜਾਣ ਭੈਣ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਭ ਬੇਨਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਪਹਿਲੀ ਵਾਰ ਇਸ ਵੱਡੀ ਸਟੇਜ ਤੇ ਖਾਸ ਕਰਕੇ ਜਿਹੜੇ ਮੇਰੇ ਨਾਲ ਸਾਥ ਦੇ ਰਹੇ ਨੇ ਤਬਲੇ ਤੇ ਬਹੁਤ ਹੀ ਮਾਹਰ ਬੰਦਾ ਉਹਦੇ ਕੰਮ ਚੰਦਾ ਨਾਲ ਬਹਿ ਕੇ ਨਰਵਸ ਹੋ ਜਾਂਦਾ ਬਹੁਤ ਵੱਡੇ ਵੱਡੇ ਉਸਤਾਦ ਸੋ ਅੱਜ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰੀ ਹੀ ਪਿਆਰੀ ਸੰਗਤ ਨੂੰ ਮੈਨੂੰ ਅੱਜ ਇੱਥੇ ਵਾਹਿਗੁਰੂ ਜੀ ਨੇ ਮੌਕਾ ਬਖਸ਼ਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਸਾਧ ਸੰਗਤ ਜੀ ਜੋ ਅਗਲਾ ਸਮਾਂ ਹੈ ਗੁਰੂ ਘਰ ਦੇ ਜੋ ਕੀਰਤਨੀਏ ਹਨ ਉਹ ਹਾਜ਼ਰੀ ਭਰਨਗੇ ਔਰ ਖਾਸ ਮੇਰੀ ਬੇਨਤੀ ਹੈ ਭਾਈ ਸੁੱਖਾ ਸਿੰਘ ਉਹਨਾਂ ਨੂੰ ਕਿ ਉਹ ਇਸਦੇ ਪਾਸੇ ਜੋ ਕਵਿਤਾ ਹੈ ਉਹ ਸੁਣਾਉਣ ਜ਼ਰੂਰ ਔਰ 12:15 ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਉਹ ਅਖੀਰਲੀ ਹਾਜ਼ਰੀ ਵਾਸਤੇ ਆਉਣਗੇ ਸੋ ਆਓ ਸਾਰੇ ਹੀ ਪਿਆਰ ਦੇ ਨਾਲ ਆਪਾਂ ਨਾਇਕ ਖਸਮ ਹਮਾਰੇ
एक सी जुदा
दसवें पिता दे पुत्रां दियां दो अनोखियां जंजां चढ़ियां मेरे पुत्र व्याही देने कलंगी तरनों खुशियां बढ़ियां मेरे पुत्र व्याही देने कलंगी तरनों खुशियां बढ़ियां नहीं किसे जोरावर फतेह सिंह कोड़ी चढ़े
ठंडे बुर्ज च बैठी माता शगन करे हां शगन करे जोरावर फतेह सिंह कोड़ी चढ़े जोरावर फतेह सिंह कोड़ी चढ़े निक्के निकिया कलंगिया लगा के ठंडे
مارك
ਕਾਣ ਨਾ ਕੀਜੈ ਜਾਂ ਤੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਈਏ ਤਰਾ ਸੂਰਾ ਆਤਮ ਜਿਣੀ ਸਗਲ ਅਵਸਥਾ ਕੈ ਜਾਂ ਕਾ ਸਤਗੁਰ ਪੂਰਾ ਠਾਕਰ ਗਾਈਏ ਆਤਮ ਰੰਗ ਸਰਣੀ ਪਾਵਣ ਨਾਮ ਤੇ ਆਵਣ ਸਹਿਜ ਸਮਾਨ ਸੰਗ ਬਹੁ ਪ੍ਰਗਟਿਓ ਮਰਗ ਗਮੜਾ ਬ੍ਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਜੀ ਸਤਿਗੁਰ ਜੀ ਕਲਗੀਆਂ ਵਾਲਾ Thank you.
ਬਾਰੇ ਛੱਡਣੇ ਆ ਸਾਰਿਆਂ ਨੇ ਸਦਨੀ ਬਾਤ ਦੇ ਵਿੱਚ ਬੋਲੇ I'm not
ਸ਼ਹੀਦ ਦਸਵੀਂ ਰਤਨ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ ਫਿਰੰਗ ਤੇ ਅਮਰਦਾਸ ਰਾਮਦਾਸਾਂ ਹੁਣ ਸਹਾਇ ਅਰਜਨ ਹਰ ਗੋਬਿੰਦੋਂ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਨਕ ਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀ ਧਰ ਜੀ ਅੰਮ੍ਰਿਤ ਦੇ ਦਾਤੇ ਮਿਹਰਾਂ ਦੇ ਸਾਈ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜੂਰ ਜਹਾਰਾ ਜਹੂਰ ਕਲਯੁਗ ਦੇ ਬੋਹਿਤ ਨਾਮ ਦੇ ਜਹਾਜ਼ ਹਫਤ ਪਲ ਦੇ ਰੱਖਿਅਕ ਲੋਕ ਪ੍ਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਹਜ਼ੂਰ ਦੇ ਪਾਠ ਦਰਸ਼ਨ ਰਜ਼ਾਰ ਜੀ ਦਾ ਧਿਆਨ ਤਰ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹੱਠੀਆਂ ਜਪੀਆਂ ਜਤੀਆਂ ਸਤੀਆਂ ਸਮੂਹ ਸਤਿਕਵਾਨਾ ਜੀ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਸਮੂਹ ਸਿੰਘਾਂ ਸ਼ਹੀਦਾਂ ਪਿਆਰਿਆਂ ਜੀ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਸਮੂਹ ਗੁਰ ਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾ ਗੁਰਧਾਮਾਂ ਜੀ ਦਾ ਧਿਆਨ ਤਰ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਸ੍ਰੀ ਵਾਹਿਗੁਰੂ ਜੀ ਹੈ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੁਰ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਬਾਬਾ ਜੀ ਆਪ ਜੀ ਦੀ ਹਜ਼ੂਰੀ ਚਾਪ ਜੀ ਸਾਜੀ ਨਵਾਜੀ ਸਮੂਹ ਸਾਧ ਸੰਗਤ ਦੁਆਰਾ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖਿਓ ਭੁੱਲਾਂ ਮਾਫ਼ ਕਰ ਦਿਓ ਮਹਾਰਾਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਰਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ਿਓ ਮਿਹਰਬਾਨ ਜੀ ਤੁਹਾਡੇ ਚਰਨਾਂ ਦੇ ਨਾਲ ਬਾਣਾ ਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖਿਓ ਆਪ ਜੀ ਆਪਣੀ ਮਾਂ ਨੂੰ ਸੰਕੋਚੋ ਆਪ ਜੀ ਆਪਣੀ ਮਾਂ ਨੂੰ ਮੋੜ ਦੋ ਚਰਨਾਂ ਦੇ ਨਾਲ ਜੁੜ ਲਓ ਕਲਯੁਗ ਨੂੰ ਦੂਰ ਕਰਿਓ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਨਾਂ ਵਿੱਚ ਮਿਲ ਲਓ ਟੁੱਟੀਆਂ ਗੰਢਿਓ ਮਿਹਰਬਾਨ ਜੋ ਭਾਵੇ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੈ ਸੋ ਨਾ ਦੇਈ ਜਿੱਥੇ ਭਾਵੈ ਤਿੱਥੇ ਰੱਖ ਲਓ ਜਿੱਥੇ ਨਾ ਭਾਵੈ ਤਿੱਥੇ ਨਾ ਰੱਖਿਓ ਜਿੱਥੇ ਵੀ ਰੱਖਿਓ ਮਿਹਰਬਾਨ ਜੀ ਆਪ ਜੀਵਨ ਪਵਿੱਤਰ ਚਰਨ ਕਮਲਾਂ ਵਿੱਚ ਰੱਖਿਓ ਖੰਡ ਭਜਨ ਬਖਸ਼ਿਓ ਦਰਗਾਹ ਦੇ ਬਖਸ਼ਿਆਂ ਸਾਜਿਆਂ ਨਿਵਾਜਿਆਂ ਗੁਰਮ ਪਿਆਰਿਆਂ ਮਹਾਂਪੁਰਖਾਂ ਦੇ ਮੇਲੇ ਬਖਸ਼ੋ ਗਰੀਬ ਨਵਾਜ ਇਹਨਾਂ ਦੇ ਮਿਲਣ ਕਰਕੇ ਸਿੱਖੀ ਸਦਕ ਦੀ ਪ੍ਰਾਪਤੀ ਹੋਵੇ ਉੱਤਰ ਦਰਗਾਹ ਦੀ ਸਮਤ ਮਿਲੇ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ ਆਪਦਿਆਂ ਨੂੰ ਆਪਦੇ ਕਰੀ ਸਿਰ ਤੇ ਹੱਥ ਰੱਖੀ ਸਮਤ ਬਖਸ਼ੀ ਮਿਹਰਬਾਨ ਜੀ ਆਪ ਜੀ ਨੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਂਗੇ ਸੋ ਵਾਹ ਵਾਹ ਜੋ ਆਪ ਜੀ ਹਾਜ਼ਰ ਨਾਜ਼ਰ ਬੈਠੇ
ਕਰ ਕਰਾ ਰਹੇ ਹੋ ਸੋ ਭੀ ਵਾਹ 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 ਹੇ ਵਾਹਿਗੁਰੂ ਨਿਰੰਕਾਰ ਗਰੀਬ ਨਵਾਜ ਆਪ ਜੀ ਦੀ ਹਜ਼ੂਰੀ ਚ ਆਪ ਜੀ ਦੀ ਸਾਜੀ ਨਵਾਜੀ ਸਮੂਹ ਸਾਧ ਸੰਗਤ ਦੁਆਰਾ ਨਿਮਰਤਾ ਸਹਿਤ ਅਰਦਾਸ ਬੇਨਤੀ ਆ ਮਿਹਰਬਾਨ ਜੀ ਨਵੇਂ ਸਾਲ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ ਗਰੀਬ ਨਵਾਜ ਸੋਹਣੇ ਕੀਰਤਨ ਦਰਬਾਰ ਸਜਾਏ ਗਏ ਸੀ ਮਿਹਰਬਾਨ ਜੀ ਰਾਗੀ ਸਿੰਘਾਂ ਦੁਆਰਾ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਗਈਆਂ ਗਰੀਬ ਨਵਾਜ ਕੀਰਤਨ ਕਰਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਦ ਸਪਸ਼ਟ ਬਾਣੀ ਪੜ੍ਹਨ ਦੀ ਕਿਰਪਾ ਰੱਖਣੀ ਗਰੀਬ ਨਵਾਜ ਸਮੂਹ ਸਾਧ ਸੰਗਤ ਦੇ ਮਿਹਰਾਂ ਪ੍ਰੈਸਰ ਦੇ ਹੱਥੋਂ ਗਰੀਬ ਨਵਾਜ ਨਵੇਂ ਸਾਲ ਦੀਆਂ ਖੁਸ਼ੀਆਂ ਬਖਸ਼ਣੀਆਂ ਸਮੂਹ ਗੁਰੂ ਪਰਿਵਾਰਾਂ ਦੇ ਮਿਹਰਾਂ ਪ੍ਰੈਸਰ ਤੇ ਹੱਥ ਰੱਖੋ ਗਰੀਬ ਨਵਾਜ ਨਵਾਂ ਸਾਲ ਖੁਸ਼ੀਆਂ ਖੇੜਿਆਂ ਦਾ ਬਖਸ਼ਣਾ ਗਰੀਬ ਨਵਾਜ ਚੜ੍ਹਦੀਆਂ ਕਲਾਂ ਰੱਖਣੀਆਂ ਕੰਮ ਕਾਰਾਂ ਵਿੱਚ ਵਾਧੇ ਬਰਕਤ ਬਖਸ਼ਣੇ ਮਿਹਰਬਾਨ ਜੀ ਨਿਤਨੇਮ ਸੇਵਾ ਕਰਨ ਦਾ ਉਦਮ ਬਖਸ਼ਣਾ ਗਰੀਬ ਨਵਾਜ ਆਪ ਜੀ ਆਪਣੇ ਦਰਦੀ ਸੰਗਤ ਦੇ ਨਾਲ ਜੋੜੀ ਰੱਖਣਾ ਮਿਹਰ ਕਰਨੀ ਆਪਣੀ ਮਿਹਰਬਾਨ ਜੀ ਆਪ ਜੀ ਦੀ ਹਜ਼ੂਰੀ ਚ ਇਸ ਵੇਲੇ ਖੁਸ਼ੀ ਦੇ ਮੌਕੇ ਤੇ ਜੋ ਵੀ ਦੂਰੋਂ ਨੇੜੇ ਚੱਲ ਕੇ ਗਰੀਬ ਨਵਾਜ ਜੀ ਮਾਈ ਭਾਈ ਤਰਫਲ ਭੇਟਾ ਲੈ ਕੇ ਹਾਜ਼ਰ ਹੋਏ ਨੇ ਸਭਨਾਂ ਦੀਆਂ ਹਾਜ਼ਰੀਆਂ ਲਾਉਣੀਆਂ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ ਗਰੀਬ ਨਵਾਜ ਆਪ ਜੀ ਆਪਣੀ ਕਿਰਪਾ ਰੱਖਣੀ ਮਿਹਰ ਰੱਖਣੀ ਗਰੀਬ ਨਵਾਜ ਇਹ ਸਾਲ ਵੀ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਭਰਿਆ ਬਤੀਤ ਹੋਵੇ ਕਿਰਪਾ ਰੱਖਣੀ ਆਪਣੀ ਆਪ ਜੀ ਦੇ ਪਵਿੱਤਰ ਚਰਨਾਂ ਕਮਲਾ ਪਾਸ ਗੁਰਸਿੱਖ ਸਾਧ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪ ਜੀ ਦੀ ਹਜ਼ੂਰੀ ਚ ਕੜਾਹ ਪ੍ਰਸ਼ਾਦ ਦੇ ਮਿਹਰਬਾਨ ਜੀ ਥਾਲ ਸੱਜ ਕੇ ਹਾਜ਼ਰ ਹੋਏ ਨੇ ਆਪ ਜੀ ਗਰੀਬ ਨਵਾਜ ਕੜਾਹ ਪ੍ਰਸ਼ਾਦ ਛਕੋ ਭੋਗ ਲਗਾਓ ਸੀਤ ਪ੍ਰਸ਼ਾਦ ਸਮੂਹ ਸਾਧ ਸੰਗਤ ਨੂੰ ਬਖਸ਼ੋ ਆਪਣਾ ਕਲਾਪ ਜੀ ਕੀ ਵਰਤੇ ਸਭੇ ਭੁੱਲਾਂ ਮਾਫ਼ ਕਰਨੀਆਂ ਆਪ ਜੀ ਦੀ ਭਜਨ ਬਾਣੀ ਦਾ ਪ੍ਰਤਾਪ ਦੁੱਖਾਂ ਕਲੇਸਾਂ ਪਾਪਾਂ ਦਾ ਨਾਸ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਕੁਸਲਾ ਸਿੱਧੀ ਘਰ ਆਈ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਆਪਣਾ ਗੁਰੂ ਧਿਆਈ ਮਿਲ ਕੁਸਲ ਸਿੱਧੀ ਘਰ ਆਈ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ 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 ਅਰਧ ਹੋ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੇ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੇ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ
ਆਪ ਜੀ ਦੇ ਵੱਡੇ ਭਗਤ ਹਨ ਜੋ ਤਾਂ ਤੱਕ ਬਾਬਾ ਨਾਨਕ ਸਿੰਘ ਜੀ ਮਹਾਰਾਜ ਉਹਨਾਂ ਤੋਂ ਬਰਸਾਏ ਮਹਾਪੁਰਸ਼ਾਂ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਆਓ ਸਭ ਤੋਂ ਪਹਿਲਾਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਫਤਿਹ ਦੇ ਰਾਹੀਂ ਹਾਜ਼ਰੀ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਪਿਛਲਾ ਮਹੀਨਾ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਬਹੁਤ ਹੀ ਗੰਭੀਰ ਉਹਦਾ ਜੋ ਮਹੀਨਾ ਜੋ ਸਤਿਗੁਰਾਂ ਨੇ ਸਾਡੇ ਉੱਤੇ ਸਰਬੰਸ ਦਾ ਵਾਰ ਦਿੱਤਾ ਔਰ ਸਾਨੂੰ ਸਿੱਖੀ ਦੇ ਨਾਲ ਜੋੜਿਆ ਔਰ ਪਿਛਲੇ ਜੋ ਸਮੇਂ ਦੇ ਵਿੱਚ ਭਾਈ ਸਾਹਿਬ ਜੀ ਨੇ ਕਵਿਤਾ ਪੜ੍ਹੀਆਂ ਔਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਉਹਨਾਂ ਨੇ ਦਸਵੇਂ ਪਾਤਸ਼ਾਹ ਦੀ ਉਪਮਾ ਕੀਤੀ ਜਿਸ ਦੇ ਨਾਲ ਆਪਾਂ ਉਹਨਾਂ ਦਾ ਦੇਹ ਨਹੀਂ ਦੇ ਸਕਦੇ ਸਾਧ ਸੰਗਤ ਜੀ ਆਪ ਸਭ ਨੂੰ ਨਵੇਂ ਸਾਲ ਦੀ ਖੁਸ਼ੀ ਔਰ ਮੁਬਾਰਕ ਹੈ ਹਰੇਕ ਹੀ ਕਹਿੰਦਾ ਹੈ ਕਿ ਹੈਪੀ ਨਿਊ ਈਅਰ ਪਰ ਹੈਪੀਨੈਸ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਿਲਦਾ ਹੈ ਸੋ ਆਪਾਂ ਦਸਵੇਂ ਪਾਤਸ਼ਾਹ ਜੀ ਦਾ ਛੋਟੀ ਜਿਹੀ ਸਾਖੀ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਜੀ ਵਿਚਰ ਰਹੇ ਹਨ ਸਿੱਖਾਂ ਦੇ ਨਾਲ ਔਰ ਸਤਿਗੁਰੂ ਜੀ ਦੇ ਨਾਲ ਭਾਈ ਨੰਦ ਲਾਲ ਜੀ ਜੋ ਇਸ ਗੁਰਘਰ ਦੇ ਬਹੁਤ ਹੀ ਮਾਹਿਰ ਹਨ ਕਵੀ ਕਵੀ ਹੋਏ ਬਾਬਾ ਜੀ ਦੇ ਨਾਲ ਭਾਈ ਨੰਦ ਲਾਲ ਜੀ ਮਹਾਰਾਜ ਜੀ ਕੇਸੀ ਇਸ਼ਨਾਨ ਕਰਕੇ ਅਨੰਦਪੁਰ ਸਾਹਿਬ ਤੋਂ ਵਿਚਰ ਰਹੇ ਹਨ ਨਾਲ ਮਹਾਰਾਜ ਜੀ ਦੇ ਸਾਰੀ ਸੰਗਤ ਤੁਰ ਰਹੀ ਹੈ ਇੱਕ ਨਾਲ ਨਦੀ ਹੈ ਔਰ ਸਾਹਿਬਾਂ ਨੇ ਮਤਲਬ ਇੱਕ ਪੱਥਰ ਚੱਕ ਕੇ ਨਦੀ ਦੇ ਵਿੱਚ ਸੁੱਟਿਆ ਔਰ ਮਹਾਰਾਜ ਜੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਨੇ ਸਿੱਖਾਂ ਨੂੰ ਕਿ ਇਹ ਪੱਥਰ ਡੁੱਬਿਆ ਕਿਉਂ ਹੈ ਸੋ ਹਰੇਕ ਨੇ ਆਪਣੀ ਮੱਤ ਦੇ ਅਨੁਸਾਰ ਕਿਸਨੇ ਕਿਹਾ ਸੱਚੇ ਪਾਤਸ਼ਾਹ ਜੀ ਪੱਥਰ ਭਾਰਾ ਹੁੰਦਾ ਹੈ ਇਸ ਗੱਲ ਕਰਕੇ ਡੁੱਬ ਗਿਆ ਕਿਸੇ ਨੇ ਹੋਰ ਆਪਣੇ ਮਨ ਦੇ ਵਿਚਾਰ ਦੱਸੀ ਕਿ ਇਸ ਕਰਕੇ ਇਹ ਪੱਥਰ ਡੁੱਬ ਗਿਆ ਫਿਰ ਸਤਿਗੁਰੂ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਤੁਸੀਂ ਦੱਸੋ ਇਹ ਪੱਥਰ ਡੁੱਬਿਆ ਕਿਉਂ ਉਹ ਕਹਿੰਦੇ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੇ ਮੈਨੂੰ ਸਮਰੱਥ ਦਿੱਤੀ ਹੈ ਔਰ ਜੋ ਮੈਂ ਦੇਖਿਆ ਹੈ ਉਸ ਦੇ ਅਨੁਸਾਰ ਮੈਂ ਤੁਹਾਨੂੰ ਮਤਲਬ ਇਹ ਕਹਿ ਸਕਦਾ ਹਾਂ ਕਿ ਜਿਸ ਸਮੇਂ ਉਹ ਪੱਥਰ ਤੁਹਾਡੇ ਹੱਥ ਤੋਂ ਡਿੱਗ ਗਿਆ ਉਹ ਡੁੱਬ ਗਿਆ ਸੋ ਸਾਧ ਸੰਗਤ ਜੀ ਇਸ ਤੋਂ ਆਪਾਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਆਪਾਂ ਸਾਰਿਆਂ ਨੇ ਹੀ ਗੁਰੂ ਸਾਹਿਬ ਔਰ ਬਾਬਾ ਜੀ ਦੇ ਉਪਦੇਸ਼ ਨਾਲ ਜੁੜੇ ਰਹਿਣਾ ਹੈ ਜਦੋਂ ਵੀ ਆਪਾਂ ਉੱਥੋਂ ਮਤਲਬ ਟੁੱਟ ਗਏ ਆਪਾਂ ਵੀ ਉਸ ਪੱਥਰ ਦੇ ਵਾਂਗੂ ਡੁੱਬਾਂਗੇ ਸੋ ਸਤਿਗੁਰੂ ਜੀ ਮਿਹਰ ਕਰਨ ਆਪਾਂ ਨੂੰ ਉਹਨਾਂ ਦੇ ਸੋਹਣੇ ਹੀ ਸਿੱਖੀ ਦੇ ਜੋ ਮਹਿਕਮੇ ਹੈ ਉਸ ਦੇ ਨਾਲ ਸਾਨੂੰ ਜੋੜੀ ਰੱਖਣ ਜੋ ਅਗਲੀਆਂ ਬੇਨਤੀਆਂ ਹਨ ਪ੍ਰੋਗਰਾਮਾਂ ਦੇ ਅਨੁਸਾਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੋ ਪੁਰਮਾਸ਼ੀ ਹੈ ਉਹ 6 ਜਨਵਰੀ ਨੂੰ ਹੈ ਸ਼ਾਮਾਂ ਨੂੰ ਜਿਸ ਤਰ੍ਹਾਂ ਆਪਾਂ ਹਮੇਸ਼ਾ ਭੋਗ ਪਾਉਂਦੇ ਹਾਂ ਉਸੇ ਤਰ੍ਹਾਂ ਹੋਏਗਾ ਜੀ ਔਰ ਸੰਗਤ ਨੇ ਪ੍ਰੇਰਣਾ ਕੀਤੀ ਹੈ ਕਿ 8 ਤਰੀਕ ਨੂੰ ਸੰਡੇ ਵਾਲੇ ਦਿਨ 8 ਤਰੀਕ ਸੰਡੇ ਵਾਲੇ ਦਿਨ ਜਨਵਰੀ ਨੂੰ ਜਪਜੀ ਸਾਹਿਬ ਦੇ ਪਾਠ ਦੁਪਹਿਰ ਨੂੰ 2 ਵਜੇ ਇਸ ਦਰਬਾਰ ਦੇ ਵਿੱਚ ਹੋਣਗੇ ਔਰ ਬੜੀ ਹੀ ਖੁਸ਼ੀ ਹੈ ਗਰੀਬ ਨਿਵਾਸ ਬਾਬਾ ਜੀ ਦੇ ਪ੍ਰਕਾਸ਼ ਉਤਸਵ ਜੋ ਹੈ ਉਹ 13 ਤਰੀਕ ਫਰਾਈਡੇ ਵਾਲੇ ਦਿਨ ਹੈ ਸਾਰੇ ਹੀ ਸੰਗਤ ਨੇ ਇਸੇ ਹੀ ਤਰ੍ਹਾਂ ਪਿਆਰ ਦੇ ਨਾਲ ਹਾਜ਼ਰੀਆਂ ਭਰਨੀਆਂ ਹਨ ਔਰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਬਾਬਾ ਜੀ ਨੇ ਜੋ ਮਾਘੀ ਦਾ ਮਹੀਨੇ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੂੰ ਹੀ 40 ਦਿਨਾਂ ਦਾ ਨਿਤਨੇਮ ਦਾ ਉਪਦੇਸ਼ ਕੀਤਾ ਹੈ ਸੋ ਉਸੇ ਹੀ ਦਿਨ ਸਾਰਿਆਂ ਨੇ ਹੀ ਜੋ ਵੀ ਆਪ ਜੀ ਨੇ ਨਿਤਨੇਮ ਕੀਤਾ ਹੈ ਉਹ ਇੱਥੇ ਜੋ ਸੈਕਟਰੀ ਹਨ ਉਹਨਾਂ ਨੂੰ ਆਪ ਜੀ ਨੇ ਜੋ ਵੀ ਜਪਜੀ ਸਾਹਿਬ ਆਪ ਨੇ ਕੀਤੇ ਹਨ ਜਾਂ ਸੁਖਮਨੀ ਦੇ ਪਾਠ ਕੀਤੇ ਹਨ ਜਾਂ ਮਾਲਾ ਦੇ ਰਾਹੀਂ ਪਾਠ ਕੀਤੇ ਹਨ ਉਹ ਇੱਥੇ ਤੁਸੀਂ ਲਿਖਾ ਦੇਣੇ ਔਰ ਉਹਨਾਂ ਦੀ ਜੋ ਸਾਰਿਆਂ ਦੀ ਅਰਦਾਸ ਹੈਗੀ ਆ ਉਸ ਦਿਨ 13 ਤਰੀਕ ਨੂੰ ਪਾਈ ਜਾਵੇਗੀ ਅਖੀਰ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਦੀ ਸੇਵਾ ਕਰਦੇ ਕੋਈ ਭੁਚਕ ਹੋਵੇ ਆਪ ਜੀ ਨੇ ਸਵਾਤ ਦੇ ਕੇ ਬਖਸ਼ ਲੈਣਾ ਔਰ ਸਾਰਿਆਂ ਹੀ ਸੰਗਤਾਂ ਨੂੰ ਜੀ ਆਇਆ ਔਰ ਸਾਰੀਆਂ ਹੀ ਜੋ ਰਾਗੀ ਸਿੰਘਾਂ ਨੇ ਹਾਜ਼ਰੀਆਂ ਭਰੀਆਂ ਹਨ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਹਰੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਨ 16 ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੁਨੀ ਸੈਭੰ ਗੁਰ ਪ੍ਰਸ਼ਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕੋ ਸੀ ਭੀ ਸਚ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਹਰਨਾਕਸ਼ ਦੁਖ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦੇ ਮੁਖ ਲਾਇਆ
جانا نانك ایسا هر سیوے آنتلے شدایا سلوک محلہ پہلا تنسوں کاغد کلم تن کلپان دا تن ماس تن لکھاری نانکا جن نام لکھایا سچ محلہ پہلا اپے پٹی کلمہ پپر لیکھ پہ تمہیں کو کہیا نانکا دوجا کاہے کو دوجا کاہے سمری ہے جمعے تے مر جائے کو سمرون نانکا جو جب تل رہا سمائے سورٹ محلہ پنجمہ جنم جنم کے دکھ نوار ہے سکا منسا دارے درشن پیٹ تو ہوتا نہلا ہر کا نام بیچار میرا بید گرو گوبندہ ہر ہر نام آخد مکھدے وے کاٹے جم کی فندہ رہا سمرت پرکپورن بداتے اپے کرنے ہارا پنا دا سارا بواریا نانک نام آدھارا سوٹ محلہ پنجمہ گرکا شبد رکھوارے چوکی چوکرت ہمارے رام نام من لاغا جم لجائے کر پاگا پرب جی تو میرو سخدادا وندن کاٹ کرے من نرمل پورن پرک ودھاتا رہا نانک پروے ونا سیتا کی سیونا گرتھی جاسی نند کرے ترے داسا جا پورن ہوئی آسا بلاول محلہ پنجوان تاتی وونا لگئی پار برم شرنائی چوگرد ہمارے رام کر دکھ لگے نا پائی صدگر پورا پیٹے آجن بنت بنائی رام نام موقع دیا ایک کالے ولائی رہا پراک لیت میں رکھن ہار سا ویاد مٹائی گونا نے کرپا بھئی پرو پیسا ہائی سلوک جہا سادو گوبن پجن کیرتن نانک نیتا رام دونا شٹین رکٹنا جائیو دوت سلوک محلہ پنجمہ من میں چتو چتونی ادم کروٹ نیت ہر کیرتن کا ہر ہر دیو نانکے میت پوڑی رین درس پروات تم ہے ہنگاونا جی جن سروت نوترا تیاونا تم داتا دتا تیرا دتا گھاونا پر جنا کے سنگ پاپ گواونا جن نانک صدور ہر ہر بر جاونا سولا را گوڑی دین کی محلہ پہلا ایک اوانکار صدگر پرشاد جائے کر کرتیا کیا کرتے کا ہوئے بچارو تٹ کر گاو سولا شورو سرجن ہارو تم گاو میرے نرپ ہوکا سولا ہوں واری گت سولے سلا سکھ ہوئے رہا نت نت جیڑے سمالیوں دیکھے گا دیون ہار ترے دانے کیمت نا پاوے تس داتے کم سمار سمبت سان لکھیا مل کر پاو تیر دیو سجن اسیشڑیاں جو ہوئے سہر سے امیل کر کر اے ہو پہنچا سدڑے نت پون سجن ہارا سمری ہے نانک سے دے آون راگا سا محلہ پہلا شیکر شیبر شیپ دیش گرگرے کو بیس انیک بابا جے کر کرتے کیر تو ہوئے سو کر راک بڑائی تو اے رہا بسے چسے کڑیاں پہراں چھتی واری ماں ہوا سورج ایک اور تنیک نانک کرتے کے کہتے بے سراغ تنا سری محلہ پہلا گگن میں دھارا چند دیپک بنے تارکا منڈل جنک موتی دھوپ ملیان لو پون چبرو کرے سگل بنرائے سلنت جوتی کیسی آرتی ہوئے پاو کھنڈنا تیری آرتی نتا شبد واجنت پیری رہا سہستر نین ننا نین ہے توہے کو سہس مورت ننا ایک تو ہی سہس پد بھملن ایک پد گند دن سہستر گند ار چلت موہی سب میں جوت جوت ہے سوئے تہ دے چانن سب میں چانن ہوئے گر ساکھی جوت پرکٹ ہوئے جوت سپاو ہے سو آرتی ہوئے ہر چارن کمل مکر ہند لوگت منو اندن مہیا ہی پیاسا کرپا یل دے نانک سارن کو ہوئے جاتے تیرے نائے باسا را گوڑی پوروی محلہ چودھا کام کرو نگر بھاو رہا ہے مل سادو کھنڈل کھنڈا ہے پورو لکھت لکے ہر پایا من ہر لر منڈل منڈا ہے کر سادو انجلی پن بٹا ہے کر ڈنڈاوت پن بٹا ہے رہا ساکت ہر ساد نہ جانے جی انتر ہوں میں کھنڈا ہے جن جو چلے چوبے دکھ پاوے جمکال سہسر ڈنڈا ہے ہرگن ہر ہر نام زمانے دو گجن مرن پب گھنڈا وناسی پرکپایا پرمیشر باسو گھنڈ برہمنڈا ہے ہم گریب مشکین پرب تیرے ہر راک راک بٹ بٹا ہے جن نانک نام ادار کے گھر نام میں ہی سکو منڈا ہے ہرا گوڑی پوروی محلہ پنجمہ سرم بننتی سنو میرے بیتا سنت ڈہل کی بیلا ایاں کھاڑ چلو ہر لہا آگے بشن سیلا ہوت گڑے دن سرینا رے من گر ملکا سوارے رہاو اے سنسار بکار سنسے میں ترے او برہم گیان جسے جگائے پیاوے رس اکات کتھا تن جانی
ਜਾਕੋ ਆਏ ਸੋਈ ਬਿਹਾਜੋ ਹਰ ਕੁਰਤੇ ਮਨੇ ਬਸੇਰਾ ਨਿਜਗਰ ਮਹਿਲ ਪਾਵ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਸਰ ਮਸਤਕ ਰੱਖਿਆ ਪਾਰ ਬ੍ਰਹਮਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸੁਆਮੀ ਧਰਚਨ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦਿਆਲੈ ਪੈਦੂ ਗੁਰਨਾਸਨੇ ਭਗਤ ਵਸਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤੈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਜਗੇ ਆਈਆਂ ਬਰੇ ਆਈਆਂ ਬਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕਹਿ ਨੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇਵ ਗੁਜਰੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਾਉ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਮੇਰਾ ਦੇ ਸਾਈ ਅਮਰ ਦੇ ਦਾਤੇ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਜਾਗਦੀ ਜੋਤ ਹਾਜ਼ਰਾ ਹਜ਼ੂਰ ਦਾਰਾ ਜ਼ਹੂਰ ਕਲਯੁਗ ਦੇ ਬੋਹਿਤ ਨਾਮ ਕੇ ਜਹਾਜ਼ ਹਲਕ ਪਲਤ ਕੇ ਰਾਖੇ ਲੋਕ ਪ੍ਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਪ੍ਰਤੱਖ ਬਿਰਾਜਮਾਨ ਹਜ਼ੂਰ ਦੇ ਪਾਠ ਦਰਸ਼ਨ ਦਾਰ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹੱਡੀਆਂ ਤਪੀਆਂ ਜਤੀਆਂ ਸਤੀਆਂ ਨੇਮੀਆਂ ਪਿਆਰਿਆਂ ਸਚਿਆਰਿਆਂ ਸਿਰਕਬਾਨ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹ ਸਮੂਹ ਗੁਰ ਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੱਗਿਆਂ ਨਿਸ਼ਾਨੋ ਧਾਮੋ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਗਰੀਬਨ ਵਾਜ ਹੇ ਕਾਲ ਪੁਰਖ ਅੰਤਰ ਜਾਮੀ ਮਿਹਰਬਾਨ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਚ ਆਪ ਜੀ ਦੀ ਸੰਗਤ ਦਾ ਸਦਕਾ ਅਰਦਾਸਾਂ ਬੇਨਤੀਆਂ ਮਹਾਰਾਜ ਪਿਛਲਾ ਸਾਲ ਆਪ ਜੀ ਦੀ ਕਿਰਪਾ ਬਖਸ਼ਣਾ ਨਹੀਂ ਗਿਆ ਹੁਣ ਵੀ ਇਹ ਕਿਰਪਾ ਕਰਕੇ ਮਿਹਰ ਭਰੇ ਹੱਥ ਰੱਖੋ ਭੁੱਲਾਂ ਮਾਫ਼ ਕਰੋ ਵਿਘਨਾਂ ਤੋਂ ਬਚਾਓ ਇਸ ਵਕਤ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੋਏ ਕੀਰਤਨ ਸੋਹਲੇ ਦੇ ਪਾਠ ਦੀ ਅਰਦਾਸ ਸਮੁੱਚੇ ਦਰਬਾਰ ਦੀ ਅਰਦਾਸ ਦਿਨ ਵਿੱਚ ਹੋਏ ਨਿਤਨੇਮ ਦੀ ਅਰਦਾਸ ਗੁਰਸਿੱਖ ਸਾਧ ਸੰਗਤ ਪੜ੍ਹਦੇ ਸੁਣਦੇ ਸਰਬੱਤ ਲੈ ਪਾਠ ਕਰਦੇ ਹਾਂ ਸੇਵਾ ਕਰਦੇ ਹਾਂ ਬੋਲਦੇ ਹਾਂ ਬਹਿੰਦੇ ਉੱਠਦੇ ਹਾਂ ਬੇਅੰਤ ਭੁੱਲਾਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਖਿਮਾ ਕਰਨਾ ਆਇਆ ਸਫਲਾ ਕਰਨਾ ਭੁੱਲਾਂ ਮਾਫ਼ ਕਰਨਾ ਸਭਨਾਂ ਦੀ ਹਾਜ਼ਰੀ ਆਪ ਜੀ ਦੇ ਸਫਲੀ ਕਰਨੀ ਇਸ ਵਕਤ ਆਪ ਦੀਆਂ ਬਖਸ਼ੀਆਂ ਦਾਤਾਂ ਚੋਂ ਸੁੱਖ ਆਸਣ ਵਾਸਤੇ ਵਿਛਾਈ ਤਿਆਰ ਹੈ ਆਪ ਆਪਣੇ ਸੁੱਖ ਆਸਣ ਤੇ ਬਿਰਾਜਮਾਨ ਹੋ ਸੰਗਤ ਨੂੰ ਖੁਸ਼ੀਆਂ ਬਖਸ਼ੋ ਭੁੱਲਾਂ ਮਾਫ਼ ਕਰੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਰਮੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਾਰੇ ਆਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਬਾਦਸ਼ਾਹ ਸ਼ਾਹ ਸ਼ਾਸਨ ਅਸਰ ਦੀਨੇ ਅੰਮ੍ਰਿਤ ਨਾਮ ਨਿਰਭਉ ਹੋਏ ਭਜੋ ਭਗਵਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪ੍ਰਸਾਦ
मन बसे सुने लाए प्रीत तिस जन आवे हर प्रतीत जन्म मरण ताका दुख निवारे दोलम दे तत आरे निर्मल शोभा अमृता की वाणी एक नाम मन माहे सुमारी दुख रोग बिन से पै परम निर्मल आके कारम सब ते पूज ताकी शोभा बनी नानक के गुण नाम सुखरी सब ते पूज ताकी शोभा बनी नानक के गुण नाम सुखमनी वाहे गुरु जी का खालसा वाहे ਤਨ ਸਤਿਗੁਰੂ ਤਨ ਸਤਿਗੁਰੂ ਤਨ ਸਤਿਗੁਰੂ ਕੇ ਸੰਤਾਂ ਜੀ ਅਨੁਭਾਈ ਚਲੋ ਭਾਈ ਗੁਰੂ ਦਰਬਾਰ ਸਾਹਿਬ ਚ ਪ੍ਰਸਾਦ ਲੈ ਕੇ ਲੰਗਰ ਵਿੱਚ ਖਾਦਾ ਪਾਸ਼